ਇੰਨੀ ਛੋਟੀ ਉਮਰ ਦੇ ਵਿੱਚ ਬੱਚੇ ਸਾਰੇ ਸਕੂਲ ਜਾਂਦੇ ਹੁੰਦੇ ਆ, ਤੁਸੀਂ ਇੱਥੇ ਕੀ ਕਰ ਰਹੇ ਹੋ? ਜਰਾਬਾ ਵੇਂਦਾ, ਪਾਪਾ ਦੀ ਡੈਥ ਤੋਂ ਵੀ ਕੰਮ ਕਰਦਾ। ਸਕੂਲ ਜਾਂਦਾ ਨਹੀਂ ਦਿਲ ਕਰਦਾ? ਜਾਂਦਾ ਵਾ, ਪਾਪਾ ਦੀ ਡੈਥ ਹੋ ਗਈ ਫਿਰ ਕੰਮ ਕਰਦਾ, ਮੈਂ ਘਰ ਦੇ ਨੂੰ ਕਮਾ ਕੇ ਖਵਾਉਣਾ ਵਾ। ਇੰਨੀ ਛੋਟੀ ਉਮਰ 'ਚ ਇੰਨੀਆਂ ਵੱਡੀਆਂ ਗੱਲਾਂ। ਹੋਰ ਘਰ 'ਚ ਕੌਣ ਕੌਣ ਹੈ? ਮੈਂ ਵਾ, ਮੰਮਾ ਵਾ, ਤੇ ਦੋ ਭੈਣਾਂ ਵਾ। ਦੋ ਭੈਣਾਂ ਹੈ, ਭੈਣਾਂ ਵੱਡੀਆਂ ਛੋਟੀਆਂ? ਇੱਕ ਵੱਡੀ ਇੱਕ ਛੋਟੀ ਆ। ਮੰਮਾ ਨੇ ਕਿਹਾ ਸੀ ਕਿ ਜਾ ਕੇ ਕੰਮ ਕਰੋ। ਮੰਮੀ ਬੋਲਦੀ ਆਪਾਂ ਤੁਹਾਨੂੰ ਕੰਮ ਕਰਨਾ ਜ਼ਰੂਰੀ ਹੈ ਨਾ, ਕੰਮ ਕਰਨਾ। ਫਿਰ ਕਿੰਨੇ ਪੈਸੇ ਕਮਾ ਲੈਂਦੇ ਹੋ? 200-300 ਕਮਾ ਕੇ ਲੈ ਜਾਣਾ। ਇਹ ਇੱਕ ਜੋੜਾ ਕਿੰਨੇ ਦਾ ਹੈ? ਜੁਰਾਬਾ ਦੇ ਇੱਕ ਪੈਕਟ ਕਿੰਨੇ ਦਾ ਹੈ? 100 ਰੁਪਏ ਦਾ ਵੇਚਦੇ ਹੋ? 100 ਰੁਪਏ ਦਾ ਇੱਕ ਵੇਚਦੇ ਹੋ? ਫਿਰ ਦੋ ਹੀ ਤਿੰਨ ਵੇਚੇ ਜਾਂਦੇ, ਹੋਰ ਕੋਈ ਨਹੀਂ ਖਰੀਦਦਾ? ਹਾਂਜੀ। ਅੱਜ ਸਵੇਰੇ ਤੱਕ ਕਿੰਨੇ ਲੋਕੀ ਆ ਗਏ, ਕੁਛ ਖਰੀਦਿਆ ਕਿਸੇ ਨੇ? ਅੱਜ ਸਵੇਰ ਦੀ ਕੋਈ ਬੋਨੀ ਨਹੀਂ ਹੋਈ? ਦੀਦੀ ਨਹੀਂ ਜਾਂਦੇ ਕੰਮ ਤੇ? ਨਹੀਂ। ਦੀਦੀ ਨੂੰ ਤੁਸੀਂ ਕਹਿੰਦੇ ਕਿ ਦੀਦੀ ਤੁਸੀਂ ਵੀ ਮੇਰੀ ਮਦਦ ਕਰੋ? ਤੁਸੀਂ ਇਕੱਲੇ ਕਿਉਂ ਲੱਗੇ ਹੋਏ ਹੋ ਇੱਥੇ? ਮੰਮਾ ਕੰਮ ਕਰਦੀ ਆ, ਮੈਂ ਬਸ। ਭੈਣਾਂ ਘਰ ਰਹਿੰਦੀਆਂ ਨੇ ਔਰ ਨਿੱਕਾ ਭਰਾ ਪਿਓ ਦਾ ਫਰਜ਼ ਨਿਭਾ ਰਿਹਾ। ਸਕੂਲ ਜਾਣ ਦਾ ਦਿਲ ਨਹੀਂ ਕਰਦਾ? ਦੋਸਤਾਂ ਨਾਲ ਖੇਡਣ ਦਾ ਦਿਲ ਨਹੀਂ ਕਰਦਾ? ਕਰਦਾ ਵਾ। ਫਿਰ ਕਿਵੇਂ ਕਰਦੇ ਹੋ, ਦਿਲ ਨੂੰ ਕਿਵੇਂ ਸਮਝਾਉਂਦੇ ਹੋ? ਕੰਮ ਕਰਨਾ ਪੈਂਦਾ ਨਾ ਫਿਰ। ਸੁਪਨਾ ਸੀਗਾ, ਕੀ ਬਣਨ ਦਾ ਸੁਪਨਾ ਸੀ ਤੁਹਾਡਾ? ਫੌਜੀ। ਫੌਜੀ ਬਣਨ ਦਾ ਸੁਪਨਾ? ਹਾਂਜੀ। ਬਣੋਗੇ ਫੌਜੀ? ਹਾਂਜੀ। ਪਾਪਾ ਦੀ ਯਾਦ ਆਉਂਦੀ? ਕੀ ਕਹਿੰਦੇ ਹੁੰਦੇ ਸੀਗੇ ਪਾਪਾ? ਮੈਂ ਸੁਣਿਆ ਤੁਸੀਂ ਸਿੱਧੂ ਮੂਸੇਵਾਲੇ ਦੇ ਵੀ ਫੈਨ ਹੋ, ਸਾਰੇ ਤੁਹਾਨੂੰ ਸਿੱਧੂ ਮੂਸੇਵਾਲਾ ਕਹਿੰਦੇ ਇੱਥੇ ਛੋਟਾ। ਹਾਂਜੀ। ਪੜ੍ਹਾਈ ਕਰਨ ਦਾ ਦਿਲ ਤਾਂ ਕਰਦਾ ਹੋਏਗਾ? ਹਾਂਜੀ। ਬਟ ਫਿਰ ਜਾ ਨਹੀਂ ਸਕਦੇ ਹੈ ਨਾ ਸਕੂਲ, ਕਿਉਂਕਿ ਇੱਥੇ ਕੰਮ ਕਰਨਾ? ਹਾਂਜੀ। ਕਾਜਾ ਮਾਸੂਮ ਬੱਚਾ ਜਿਸ ਦੀ ਉਮਰ ਮਹਿਜ਼ 11 ਸਾਲ ਹੈ, ਰਣਜੋਤ ਇਸ ਦਾ ਨਾਮ ਹੈ, ਚੌੜਾ ਬਾਜ਼ਾਰ ਲੁਧਿਆਣਾ ਵਿਖੇ ਤੁਹਾਨੂੰ ਜੁਰਾਬਾ ਵੇਖਦਾ ਦਿਖਾਈ ਦੇਵੇਗਾ। ਜੇਕਰ ਤੁਸੀਂ ਇਸ ਪਾਸਿਓਂ ਲੰਘਦੇ ਹੋ ਤਾਂ ਜ਼ਰੂਰ ਇਸ ਦੀ ਮਦਦ ਕਰੋ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸਨੂਰ ਤਵਨ। ਕਈ ਵਾਰ ਹੁੰਦਾ ਹੈ ਨਿੱਕੀ ਉਮਰੇ ਕਈ ਵੱਡੀ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਸਿਰੇ ਔਰ ਉਹਨਾਂ ਨੂੰ ਸਾਹਮਣਾ ਪੈਂਦਾ ਹੈ। ਲੁਧਿਆਣਾ ਦੇ ਰਹਿਣ ਵਾਲੇ ਹੋ ਤੁਸੀਂ ਤਾਂ, ਪਰ ਇਹ ਬਾਜ਼ਾਰ ਚੌੜਾ ਬਾਜ਼ਾਰ ਦੇ ਵਿੱਚ ਜਿੱਥੇ ਅਲੱਗ ਅਲੱਗ ਲੋਕ ਆਪਣੇ ਰੁਜ਼ਗਾਰ ਲਈ ਕੰਮ 'ਤੇ ਲੱਗੇ ਹੋਏ ਨੇ, ਤਾਂ ਇੱਥੇ ਤੁਹਾਨੂੰ ਸੜਕਾਂ 'ਤੇ ਇੱਕ ਨਿੱਕਾ ਜਿਹਾ ਮਾਸੂਮ ਬੱਚਾ ਵੀ ਦਿਖਾਈ ਦੇਵੇਗਾ। ਕਿ ਵੱਡੀ ਜ਼ਿੰਮੇਵਾਰੀ ਪੈ ਗਈ ਇਸ ਉਮਰ ਦੇ ਵਿੱਚ ਕਿ ਸਕੂਲ ਛੱਡ ਕੇ ਬਾਜ਼ਾਰ ਦੇ ਵਿੱਚ ਜੁਰਾਬਾ ਵੇਚ ਰਿਹਾ, ਕੀ ਪਰੇਸ਼ਾਨੀਆਂ ਨੇ, ਕੀ ਮਜਬੂਰੀਆਂ ਨੇ, ਪਰਿਵਾਰ 'ਚ ਕੌਣ ਕੌਣ ਹੈ ਔਰ ਕਿਸ ਕਾਰਨਾਂ ਕਰਕੇ ਇੱਥੇ ਪਹੁੰਚਿਆ, ਕੀ ਨਾਂ ਹੈ, ਕੀ ਉਮਰ ਹੈ, ਉਹ ਸਭ ਕੁਝ ਜਾਣਦੇ ਹਾਂ। ਮੇਰੇ ਨਾਲ ਇਸ ਵਕਤ ਨਿੱਕਾ ਜਿਹਾ ਸਰਦਾਰ ਮੌਜੂਦ ਹੈ ਜੋ ਚੌੜਾ ਬਾਜ਼ਾਰ ਦੇ ਵਿੱਚ ਜੁਰਾਬਾ ਵੇਚ ਰਿਹਾ ਰੁਜ਼ਗਾਰ ਲਈ, ਤਾਂ ਸਵਾਗਤ ਕਰਦੇ ਹਾਂ ਔਰ ਇਸ ਦੀ ਕਹਾਣੀ ਜਾਣਦੇ ਹਾਂ। ਡੇਲੀ ਪੋਸਟ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਹੈ ਤੁਹਾਡਾ? ਰਣਜੋਤ। ਉਮਰ ਕੀ ਹੈ? 11। ਇੰਨੀ ਛੋਟੀ ਉਮਰ ਦੇ ਵਿੱਚ ਬੱਚੇ ਸਾਰੇ ਸਕੂਲ ਜਾਂਦੇ ਹੁੰਦੇ ਆ, ਤੁਸੀਂ ਇੱਥੇ ਕੀ ਕਰ ਰਹੇ ਹੋ? ਜਰਾਬਾ ਵੇਚਦਾ, ਪਾਪਾ ਦੀ ਡੈਥ ਹੋ ਗਈ, ਕੰਮ ਕਰਦਾ। ਪਾਪਾ ਦੀ ਡੈਥ ਹੋ ਗਈ? ਹਾਂਜੀ। ਕਿੰਨਾ ਟਾਈਮ ਹੋ ਗਿਆ? 3 ਸਾਲ। ਹੋਰ ਘਰ 'ਚ ਕੌਣ ਕੌਣ ਹੈ? ਮੈਂ ਵਾ, ਮੰਮਾ ਵਾ, ਤੇ ਦੋ ਭੈਣਾਂ ਵਾ। ਦੋ ਭੈਣਾਂ ਹੈ, ਭੈਣਾਂ ਵੱਡੀਆਂ ਛੋਟੀਆਂ? ਇੱਕ ਵੱਡੀ ਇੱਕ ਛੋਟੀ ਆ। ਤੇ ਕਦੋਂ ਤੋਂ ਤੁਸੀਂ ਇੱਥੇ ਜਰਾਬਾ ਵੇਚ ਰਹੇ ਹੋ? 2-3 ਮਹੀਨੇ ਹੋ ਗਏ ਆ। 2-3 ਮਹੀਨੇ ਹੋ ਗਏ? ਹਾਂ। ਕਿੰਨੇ ਵਜੇ ਆ ਜਾਂਦੇ ਹੋ ਇੱਥੇ? 10 ਵਜੇ ਸਵੇਰੇ। 10 ਵਜੇ ਆਉਂਦੇ ਤੋਂ ਸਕੂਲ ਨਹੀਂ ਜਾਂਦੇ? ਨਹੀਂ। ਉਹ ਸਕੂਲ ਕਿਉਂ ਛੱਡਿਆ? ਪਾਪਾ ਜੀ ਦਾ ਇੱਥੋਂ ਕੀ ਕੰਮ ਕਰਦਾ ਤਾਂ। ਅੱਛਾ। ਹਾਂ। ਮੰਮੀ ਕੀ ਕਰਦੇ ਫਿਰ? ਮੰਮੀ ਘਰਾਂ ਦਾ ਕੰਮ। ਔਰ ਭੈਣ, ਵੱਡੀ ਭੈਣ? ਘਰੇ ਰਹਿੰਦੇ ਦੋਨੇ ਭੈਣਾਂ। ਅੱਛਾ, ਉਹ ਨਹੀਂ ਬਾਹਰ ਨਿਕਲਦੇ? ਹਾਂਜੀ। ਕੰਮ ਕਰਨ ਲਈ ਤੁਸੀਂ ਬਾਹਰ ਨਿਕਲਦੇ ਹੋ? ਹਾਂਜੀ। ਸਕੂਲ ਜਾਂਦਾ ਨਹੀਂ ਦਿਲ ਕਰਦੇ? ਜਾਂਦਾ ਵਾ, ਪਾਪਾ ਜੀ ਦਾ ਇੱਥੋਂ ਕੀ ਫਿਰ ਕੰਮ ਕਰਦਾ, ਮੈਂ ਘਰਦਿਆਂ ਨੂੰ ਕਮਾ ਕੇ ਖਵਾਉਂਦਾ ਵਾ। ਇੰਨੀ ਛੋਟੀ ਉਮਰ 'ਚ ਇੰਨੀਆਂ ਵੱਡੀਆਂ ਗੱਲਾਂ? ਹਾਂਜੀ। ਮੰਮਾ ਨੇ ਕੀ ਕਿਹਾ? ਮੰਮਾ ਨੇ ਕਿਹਾ ਸੀਗਾ ਜਾ ਕੇ ਕੰਮ ਕਰੋ ਜਾਂ ਤੁਸੀਂ ਆਪ ਸੋਚਿਆ? ਹਾਂਜੀ। ਮੰਮਾ ਨੇ ਕਿਹਾ? ਮੰਮਾ ਨੇ ਕਿਹਾ ਸੀਗਾ ਕਿ ਜਾ ਕੇ ਕੰਮ ਕਰੋ? ਮੰਮੀ ਬੋਲਦੀ ਆਪਾਂ ਤੁਹਾਨੂੰ ਕੰਮ ਕਰਨਾ ਜ਼ਰੂਰੀ ਹੈ ਨਾ, ਕੰਮ ਕਰਨਾ। ਫਿਰ ਮੰਮਾ ਨੇ ਕਿਹਾ ਕਿ ਦੋਨਾਂ ਨੂੰ ਕੰਮ ਕਰਨਾ ਜ਼ਰੂਰੀ ਹੈ, ਨਹੀਂ ਤਾਂ ਘਰ ਦਾ ਗੁਜ਼ਾਰਾ ਨਹੀਂ ਹੋਣਾ। ਹਾਂਜੀ। ਕਿੰਨੇ ਪੈਸੇ ਕਮਾ ਲੈਂਦੇ ਹੋ ਫਿਰ? 200-300 ਕਮਾ ਕੇ ਲਾ ਜਾਣਾ। ਦਿਨ ਦਾ 200-300 ਕਮਾ ਕੇ? ਹਾਂਜੀ। ਇਹ ਇੱਕ ਜੋੜਾ ਕਿੰਨੇ ਦਾ ਹੈ? ਜੁਰਾਬਾ ਦੇ ਇੱਕ ਪੈਕਟ ਕਿੰਨੇ ਦਾ ਹੈ? 100 ਰੁਪਏ ਦਾ ਵੇਚਦੇ? 100 ਰੁਪਏ ਦਾ ਇੱਕ ਵੇਚਦੇ ਹੋ? ਫਿਰ ਦੋ ਹੀ ਤਿੰਨ ਵੇਚੇ ਜਾਂਦੇ, ਹੋਰ ਕੋਈ ਨਹੀਂ ਖਰੀਦਦਾ? ਹਾਂਜੀ। ਕਿਸੇ ਨੇ ਮਦਦ ਕੀਤੀ ਤੁਹਾਡੀ ਆ ਕੇ? ਫੋਨ ਹੀ ਆਉਂਦੇ, ਐਤਵਾਰ ਆਵਾਂਗੇ ਬਸ। ਫੋਨ ਹੀ ਆਉਂਦੇ, ਕੋਈ ਮਦਦ ਕਰਨ ਨਹੀਂ ਆਇਆ? ਅੱਛਾ। ਕਿੱਥੇ ਤੱਕ ਪੜ੍ਹਾਈ ਕੀਤੀ, ਕਿਹੜੀ ਕਲਾਸ ਤੱਕ ਪੜ੍ਹੀ ਹੋ ਤੁਸੀਂ? 2nd ਤੋਂ।
सेकंड तक पढ़े, उस तो बाद पढ़ाई छड़ती सी? हाँ जी। पढ़ाई छड़े कितना टाइम हो गया? हो गया दो तीन साल। दो तीन साल फिर कर ही सीगे पहले? किस तो पहले केड़ा काम करदे सी? पहले आई जराबा। ओदो किथे बेचदे सीगे? इत्थे। अच्छा, शुरू तो इत्थे ही आ गए। हाँ जी। दीदी नहीं जांदे काम ते? नहीं। दीदी नूं तुसी कहंदे कि दीदी तुसी भी मेरी मदद करो? तुसी कल्ले क्यों लगे होए हो इत्थे? मम्मा काम करदी है, मैं बस। शामी किन्ने बजे जांदे हो फिर घर? 6 बजे। 6 बजे जांदे हो? हाँ जी। सारा दिन फिर इत्थे? हाँ जी। कोई पुछदा नहीं कि इन्नी छोटी उम्र दे विच काकिया तेनूं की हो गया, एडा क्यों काम कर रहे हैं? किसी ने नहीं पुछया कदी? मैं सुनिया तुसी सिद्धू मूसेवाले दे भी फैन हो, सारे तुहानूं सिद्धू मूसेवाला कहिंदे इत्थे छोटा? हाँ जी। हाँ, सिद्धू मूसेवाले दा स्टैप करके दिखाओ फिर। नहीं, इत्थे मैं सुनिया सारे कहिंदे कि जिदा सिद्धू मूसेवाला थापी मारदा उदा ही निक्का सरदार भी मारदा। हाँ जी। पापा नूं की हो गया सी? अटैक हो गया सी। हाँ जी। स्कूल जांदा दिल नहीं करदा, दोस्तां नाल खेलण दा दिल नहीं करदा? करदा वा। फिर किवें करदे हो, दिल नूं किवें समझांदे हो? काम करना पैंदा ना फिर। फिर इत्थे आना काम करदा। मम्मा दी किन्नी कमाई हो जांदी है महीने दी? 2000 रुपया। और तुसी किन्ना कमा लैंदे हो? मैं 200-300 तुहानू बोलिया देगा कमा लेना। पूरे महीने का कितना कमा लेंगे? कमा लेने 2-3 हजार रुपया महीने का। हाँ जी। सारा दिन काम करके? हाँ जी। घर का गुजारा हो जाता 5000? घट वध ही होता वा। दीदी पढ़ रहे हैं तुहाडे? नहीं हो। वो भी नहीं पढ़ रहे? पढ़ाई कोई नहीं कर रहा? नहीं हो। पढ़ाई करने का दिल तो करता होगा? हाँ जी। बट फिर जा नहीं सकते है ना स्कूल, क्योंकि इतने काम करना? हाँ जी। सारा दिन इत्थे काम करके थकते नहीं? बहुत छोटी उम्र है हले थोड़ी। सुपना सेगा की बनने का सुपना सी थोड़ा? फौजी। फौजी बनने का सुपना? हाँ जी। बनोगे फौजी? हाँ जी। आज सवेरे तक किन्ने लोग की आ गए, कुछ खरीदे किसी ने? आज सवेर दी कोई बोनी नहीं हुई? आज सवेरे किन्ने बजे आ गए सी? 10 बजे, 10:30 बजे आया सी। मम्मी ने, मम्मी की कह के भेज दिए सवेरे? कुछ नहीं, मैं अपने आप ही आना। आप ही आ जाते हो? पापा दी याद आती है? की कहते होंगे सी के पापा? नहीं दसना? आ देखो मासूमी चेहरे ते नू शायद नहीं पता, बट उम्र दे हिसाब नाल तुसी देखो किन्नी वड्डी जिम्मेदारी अपने मोढ़िया ते चक्की फिरदा है। और सवेरे 10 तो लैके शाम के 6 बजे तक इस तरह ये टोकरी दे विच जुराबा पा के ये न्याणा, ये निक्का जिहा मासूम बच्चा जिसकी उम्र महज 11 साल है, रणजोत इसका नाम है, चौड़ा बाज़ार लुधियाना विखे तुहानू जुराबा वेखदा दिखाई देवेगा। जेकर तुसी इस पासिओं लंघदे हो तो जरूर इसकी मदद करो। देखो बच्चा मेहनत कर रहा है, एड्डी वड्डी जिम्मेदारी अपने मोढ़िया ते चक्की हुई है, भैणां घर रहिंदियां ने और निक्का भरा प्यो दा फर्ज़ निभा रहा है ना। तो निक्का भरा प्यो का फर्ज़ निभा रहा है और घर की जिम्मेवारी अपने मोढ़िया ते चक्की हुई है। मम्मी की कहती है तू काम करेगा तो ही घर का खर्चा चलेगा? हाँ जी। फिर थोड़ा सवेरे निकलना ही पैंदा है? हाँ जी। काम करने का दिल करदे कि नहीं करता? काम करने का दिल नहीं करता, पर मजबूरी करना पैंदा। तो देखो मासूमिया ते निक्का जिहा न्याणा जिस तू नहीं पता सीगा कि इन्नी छोटी उम्र दे विच दुखा दा पहाड़ आण टुटने और एड्डी वड्डी जिम्मेदारी अपने मोढ़िया ते चकनी पएगी। प्यो दी मौत हो गई है, माँ घरां दे विच कम करके गुजारा करदी और निक्का जिहा न्याणा अपनी पढ़ाई दा सुपना छड़ के स्कूल ना जाके कोई दोस्त न्याणे इस दे नाल नहीं ने जो इस दे नाल खड़दे ने, कल्ला सवेरे आंदा और शामी घर वापस पुजदा है 200-300 रुपये की कमाई दे नाल। तां जेकर तुसीं लुधियाना दे रहण वाले हो या इत्थे लुधियाना थोड़ा चक्कर लगे चौड़ा बाज़ार दे विच, तां इस निक्के न्याणे नूं जरूर मिलके जाओ। और जिहड़े भी होर लोग ने, दानी सज्जन ने, उन्हां नूं भी अपील है कि जो इस बच्चे की मदद करना चाहते ने वह इस बच्चे की मदद कर सकते हैं। थोड़ा फोन नंबर की है जेकर किसी ने थोड़े नाल गल करनी होए तां? नंबर नहीं हैगा दीदी, तुहानूं मैं शाम में दे दूंगा, घर जाऊँगा तो फोन करके। ठीक है। वैसे थानू दस दी कि चौड़ा बाज़ार दे विच थानू दिखाई देवेगा सवेरे 10 तो लैके शामी 6 बजे तक। जेकर किसी ने भी इसकी मदद करनी है इस बच्चे की तो इत्थे आके तुसी इसकी मदद कर सकदे हो। जिहड़े लोग इंटरव्यू देख रहे ने उन्हां नूं की कहना चाहोगे, कुछ कहना चाहोगे? साडी मदद करो, साडी स्कूल दी फीस चलाओ। अच्छा, थानू स्कूल दी फीस चाहीदी है? हाँ जी। स्कूल दी फीस जे मिल जाएगी फिर स्कूल जाओगे तो शामी काम करोगे फिर? हाँ नहीं हो, फिर साडे घर दा राशन ते फीस दो, साढ़े घर का खर्चा चलाओ।
फिर नहीं आऊँगा, पढ़ूंगा। फिर पढ़ूंगा, पढ़ लिख के फिर फौजी बनना है? हाँ जी। फिर इससे निक्के जे न्याणे का सुपना है कि फौजी बनना है, तो जेकर कोई भी इस दी स्कूल का खर्चा चक सकता है, फीस का खर्चा चक सकता है, तो जरूर इसकी मदद करे। रोटी खा ली सवेर दी? हाँ जी। फिर ना लेके आंदे हो रोटी कि फिर रात जाके खाओगे? इतों लैके आना। इतों लैके जाते हो? लैके आना घरों दी। घर लेके आंदे हो? हाँ जी। फिर तुसी देखो किस तरह मेहनत हो रही ने, और निक्का जा न्याणा जरूर जेकर तुसी इसनू वेखो कम करते हुए चौड़ा बाजार दे विच इसते मदद जरूर की जाए, पढ़न का सुपना इसका। जेकर असी सारे मदद करिए, सारे अगे आईए, तो इसकी स्कूल की फीस भी जा सकती है, राशन भी जा सकता, और इसके नाल ही बच्चे की मदद होएगी और अपना यह सुपना है जो फौजी बनने का पूरा कर सकता है। सो इस अज की रिपोर्ट कैमरा परसन अमित कुमार के नाल जसनूर तबन डेली पोस्ट पंजाबी।